ਕਈ ਮਰਤਬਾ ਇਸ ਮਿੰਬਰ ਤੋਂ ਇੱਕ ਗੱਲ ਬਿਆਨ ਕੀਤੀ ਗਈ ਔਰ ਉਹੀ ਕੰਮ ਸਾਡੇ ਜ਼ਿਲ੍ਹਾ ਸਿਆਲਕੋਟ ਦੇ ਅੰਦਰ ਹੋਇਆ, ਤਹਿਸੀਲ ਪਸਰੂਰ ਦੇ ਅੰਦਰ, ਕਿ ਐਸੇ ਮਿੰਬਰ ਤੋਂ ਬਹਿ ਕੇ ਅਤੇ ਮੈਂ ਕਹਿੰਦਾ ਰਿਹਾ ਵਾਂ ਕਿ ਜ਼ਮੀਨਾਂ ਪਿੱਛੇ, ਜਾਇਦਾਦਾਂ ਪਿੱਛੇ, ਪੈਲੀਆਂ ਪਿੱਛੇ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ। ਸਕਿਆਂ ਭਰਾਵਾਂ ਨਾਲ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ, ਚਾਚੀਆਂ ਤਾਈਆਂ ਨਾਲ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ। ਅਸੀਂ ਇਹ ਹੀ ਇੱਥੇ ਰੋਂਦੇ ਰਹੇ ਹਾਂ, ਇਹ ਹੀ ਗੱਲਾਂ ਕਰਦੇ ਰਹੇ ਹਾਂ। ਸਿਆਲਕੋਟ ਜ਼ਿਲ੍ਹਾ ਸਿਆਲਕੋਟ ਇਹ ਤਹਿਸੀਲ ਪਸਰੂਰ ਹੈ, ਪਿੰਡ ਦਾ ਨਾਂ ਸੰਘਨਾਲ ਹੈ, ਪਿੰਡ ਇਹ ਬਾਰਡਰ ਦੇ ਉੱਤੇ ਨਾ ਪਿੰਡ ਹੈ। ਇਹ ਕੁਛ ਦਿਨ ਪਹਿਲੇ ਉੱਥੇ ਲੜਾਈ ਹੋਈ ਹੈ ਅਤੇ 5 ਕਤਲ ਹੋਏ ਨੇ, ਅਸਤਗਫਿਰੁੱਲਾ, 5 ਕਤਲ ਹੋਏ ਜੇ, ਤੋਬਾ। ਔਰ 5 ਕਤਲ, 4 ਕਤਲ ਇੱਕ ਘਰ ਵਾਲੇ ਹੋਏ ਨੇ ਅਤੇ ਇੱਕ ਉਹਨਾਂ ਦੀ ਅਮਸਾਈ ਬੀਬੀ ਜਿਹੜੀ ਉਹ ਕਤਲ ਹੋਈ ਹੈ। 5 ਕਤਲ, 5 ਮਜਤਾਂ ਘਰਾਂ ਵਿੱਚ ਉੱਠੀਆਂ ਨੇ, ਲੜਾਈ ਹੋਈ, ਝਗੜਾ ਹੋਇਆ, ਫਸਾਦ ਹੋਇਆ। ਇਹ ਹੀ ਤਾਂ ਅਸੀਂ ਰੋਣਾ ਰੋਂਦੇ ਹਾਂ ਇਸ ਮਿੰਬਰੇ ਰਸੂਲ ਤੋਂ ਕਿ ਇਹ ਕੰਮ ਬੜਾ ਵੱਧ ਜਾਣਾ, ਇਹ ਕੰਮ ਦੂਰ ਤੱਕ ਜਾਏਗਾ। ਜ਼ਮੀਨਾਂ ਦੇ ਝਗੜੇ, ਲੜਾਈਆਂ ਦੇ ਝਗੜੇ, ਪੈਲੀਆਂ ਦੇ ਝਗੜੇ। ਔਰ ਤੁਸੀਂ ਜ਼ਰਾ ਉਹ ਵੇਖੋ ਕਿ ਇਹ ਐਵੇਂ ਨਾ 1-1.5 ਫੁੱਟ ਜਗ੍ਹਾ ਹੋਣੀ ਹੈ, ਉਹ ਵੀ ਓਨੀ ਨਹੀਂ ਹੋਣੀ। ਅਤੇ ਲੜਾਈ ਕੀ ਹੋਈ ਹੈ, ਬੰਨੇ ਦੀ ਲੜਾਈ ਸੀ ਅਤੇ ਨਾਲ ਇੱਕ ਉਹ ਬੰਦਾ ਸੀ ਜਿਹੜਾ ਖਾਂਦਾ ਪੀਂਦਾ ਸੀ, ਨਾਲ ਉਹਦੀ ਪੈਲੀ ਸੀ ਅਤੇ ਨਾਲ ਗਰੀਬ ਬੰਦੇ ਦੀ ਪੈਲੀ ਸੀ। ਉਹ ਲੋਕਾਂ ਦੀਆਂ ਫਸਲਾਂ 'ਚ ਸਪਰੇ ਕਰਦਾ ਸੀ, ਮਜ਼ਦੂਰ ਬੰਦਾ ਸੀ, ਉਹਦੀਆਂ ਧੀਆਂ ਸਨ। ਹੁਣ ਲੜਾਈ ਕੀ ਹੋਈ ਕਿ 1 ਫੁੱਟ ਜਗ੍ਹਾ ਸੀ ਤੋ ਜਿਹੜਾ ਬੰਦਾ ਗਰੀਬ ਸੀ ਨਾ, ਉਹ ਆਪਣੀ ਵੱਟ ਸਿੱਧੀ ਕਰਨ ਲੱਗਾ ਨਾ, ਬੰਨਾ ਸਿੱਧਾ ਕਰਨ ਲੱਗਾ, ਅਤੇ ਜਿਹਦੀ ਨਾਲ ਜਗ੍ਹਾ ਸੀ, ਵੇਖੋ ਛੋਟੀ ਜਿਹੀ ਗਲਤੀ ਦੀ ਵਜ੍ਹਾ ਤੋਂ ਕਿੱਡਾ ਵੱਡਾ ਨੁਕਸਾਨ ਹੋਇਆ। ਇੱਕ ਬੰਦੇ ਨੇ 5 ਬੰਦੇ ਕਤਲ ਕਰ ਛੱਡੇ, ਇੱਕ ਬੰਦੇ ਨੇ, ਕਿੰਨੀ ਜਗ੍ਹਾ ਪਿੱਛੇ, 1 ਫੁੱਟ ਜਗ੍ਹਾ ਪਿੱਛੇ। ਇਹ ਪਿੰਡਾਂ ਥਾਵਾਂ ਵਿੱਚ ਲੜਾਈਆਂ ਝਗੜੇ, ਇਹ ਹੀ ਤਾਂ ਅਸੀਂ ਇੱਥੇ ਰੋਂਦੇ ਹਾਂ, ਇਹ ਹੀ ਤਾਂ ਬਿਆਨ ਕਰਦੇ ਹਾਂ ਕਿ ਲੋਕੋ ਇਹ ਛੋਟੀਆਂ ਛੋਟੀਆਂ ਕੰਮਾਂ ਤੋਂ ਵੱਡੀਆਂ ਲੜਾਈਆਂ ਹੋ ਜਾਂਦੀਆਂ ਨੇ, ਫਿਰ ਕਤਲਾਂ ਤੱਕ ਗੱਲ ਟੁੱਟ ਜਾਂਦੀ ਹੈ। ਹੁਣ ਮੈਨੂੰ ਇਮਾਨਦਾਰੀ ਨਾਲ ਦੱਸੋ, ਇਹ 1 ਫੁੱਟ ਜਗ੍ਹਾ ਸੀ, ਤੁਸੀਂ ਕਦੀ ਉਹ ਵੇਖੋ ਨਾ ਨੈੱਟ ਦੇ ਉੱਤੇ, 1 ਫੁੱਟ ਜਗ੍ਹਾ ਸੀ ਅਤੇ ਉਹ ਜਗ੍ਹਾ ਵੀ ਉਹਦੀ ਸੀ, ਜਿਹੜਾ ਬੰਨਾ ਬਣਾ ਰਿਹਾ ਉਹ ਜਗ੍ਹਾ ਵੀ ਉਹਦੀ ਸੀ, ਪਰ ਉਹਦਾ ਕਸੂਰ ਕੀ ਸੀ, ਉਹ ਗਰੀਬ ਹੈ, ਉਹ ਮਾੜਾ ਹੈ, ਉਹਦੇ ਕੋਲ ਪੈਸਾ ਕੋਈ ਨਹੀਂ, ਉਹਦੇ ਕੋਲ ਦੌਲਤ ਕੋਈ ਨਹੀਂ। ਤੁਹਾਨੂੰ ਪਤਾ ਮਾੜੇ ਬੰਦੇ ਦੀ ਨਾਲ ਜਗ੍ਹਾ ਲੱਗਦੀ ਹੋਵੇ ਨਾ ਤਾਂ ਤਗੜਾ ਆਉਂਦਾ, ਕਦੀ ਇਹ ਵੀ ਮੈਨੂੰ ਹੀ ਲੱਭ ਜਾਏ ਨਾ, ਉਹ ਫਿਰ ਆਪਣੀ ਆਕੜ ਵਿਖਾਉਂਦਾ, ਆਪਣਾ ਮਾਲ ਦਾ ਜ਼ੋਰ ਵਿਖਾਉਂਦਾ ਕਿ ਇਹ ਇਹਦੇ 'ਤੇ ਮੈਂ ਕਬਜ਼ਾ ਕਰ ਲਵਾਂ। ਉਹ ਮਾੜਾ ਸੀ ਵਿਚਾਰਾ, ਉਹ ਹੀ ਪੈਲੀ ਸੀ, ਉਹ ਬੰਨਾ ਸਿੱਧਾ ਕਰਨ ਲੱਗਾ, ਉਹਨੂੰ ਕਿਸੇ ਦੱਸਿਆ ਵੀ ਉਹ ਤਾਂ ਤੇਰੀ ਜਨਾਬ ਪੈਲੀ 'ਤੇ ਕਬਜ਼ਾ ਕਰਨ ਲੱਗ ਪਿਆ। ਅੱਛਾ, ਉਹਨੇ ਆ ਕੇ ਵੇਖਿਆ, ਦੂਸਰੀ ਪਾਰਟੀ ਨੇ ਉਹਨੇ ਸੋਚਿਆ ਨਹੀਂ ਕਿ ਯਾਰ ਉਹਦੀ ਆਪਣੀ ਜਗ੍ਹਾ ਹੈ, ਉਹ ਆਪਣੀ ਜਗ੍ਹਾ ਵਿੱਚ ਬੰਨਾ ਬਣਾ ਰਿਹਾ, ਆਪਣੀ ਜਗ੍ਹਾ 'ਚ ਵੱਟ ਸਿੱਧੀ ਕਰਦਾ ਪਿਆ, ਅਤੇ ਮੈਨੂੰ ਤਾਂ ਕੋਈ ਪਰੇਸ਼ਾਨ ਨਹੀਂ ਹੋਣਾ ਚਾਹੀਦਾ, ਕੋਈ ਟੈਨਸ਼ਨ ਨਹੀਂ ਲੈਣੀ ਚਾਹੀਦੀ। ਉਹਨੇ ਕਿਹਾ, ਅੱਛਾ ਤੂੰ ਮਾੜਾ ਹੋ ਕੇ, ਤੂੰ ਮਜ਼ਦੂਰਦਾਰ ਹੋ ਕੇ ਅਤੇ ਤੂੰ ਮੇਰੀ ਪੈਲੀ ਦੇ ਨਾਲ ਬੰਨਾ ਸਿੱਧਾ ਪਿਆ ਕਰਨਾ। ਉਹਨੇ ਕਿਹਾ, ਹੁਣੇ ਮੈਂ ਤੁਹਾਨੂੰ ਦੱਸਣਾ, ਘਰ ਗਿਆ, ਪਿਸਟਲ ਲੈ ਕੇ ਆਇਆ, ਬੰਦੂਕ ਲੈ ਕੇ ਆਇਆ, ਬੀਵੀ ਨੂੰ ਵੀ ਉਹਦੀ ਨੂੰ ਕਤਲ ਕੀਤਾ, ਉਸ ਬੰਦੇ ਨੂੰ ਵੀ ਕਤਲ ਕੀਤਾ ਅਤੇ ਨਾਲ ਉਹਦੀਆਂ 2 ਬੱਚੀਆਂ ਨੂੰ ਵੀ ਕਤਲ ਕੀਤਾ। ਕਿਹੜਾ ਜ਼ੁਲਮ ਪਾਕਿਸਤਾਨ ਦੇ ਅੰਦਰ ਨਹੀਂ ਹੋ ਰਿਹਾ। ਅਸੀਂ ਤਕਰੀਰਾਂ ਕਰਦੇ ਰਹੀਏ, ਵਾਕਿਆ ਕਰਬਲਾ ਲੋਕਾਂ ਨੂੰ ਸੁਣਾਉਂਦੇ ਰਹੀਏ, ਨਬੀ ਪਾਕ ਦੀ ਸ਼ਾਨ ਸੁਣਾਉਂਦੇ ਰਹੀਏ, ਅਤੇ ਇਹ ਗੱਲਾਂ ਕਿਹਨੇ ਦੱਸਣੀਆਂ ਨੇ,
ਇਹ ਮਿੰਬਰ ਤੋਂ ਪੈਗਾਮ ਜਾਣਾ, ਇਸਲਾਹ ਹੋਣੀ ਹੈ ਲੋਕਾਂ ਦੀ ਪੂਰੀ ਦੁਨੀਆ 'ਤੇ। ਛੋਟਾ ਜ਼ੁਲਮ ਹੈ ਯਾਰ, ਇੱਕ ਘਰ ਦੀਆਂ ਦੋ ਦੀਆਂ ਧੀਆਂ, ਉਹ ਜ਼ਾਲਮਾ ਤੂੰ ਮਾਂ ਨੂੰ ਤਾਂ ਮਾਰਿਆ, ਉਹਦੀ ਬੀਵੀ ਨੂੰ ਮਾਰਿਆ, ਤੂੰ ਉਹ ਬੰਦੇ ਨੂੰ ਮਾਰਿਆ, ਧੀਆਂ ਸਨ, ਤੈਨੂੰ ਆਪਣੀ ਧੀ ਨਜ਼ਰ ਨਹੀਂ ਆਈ, ਤੈਨੂੰ ਆਪਣੀ ਬੇਟੀ ਨਜ਼ਰ ਨਹੀਂ ਆਈ, ਉਹਦੇ ਵਿੱਚ ਜਵਾਨ ਧੀਆਂ ਨੂੰ ਤੂੰ ਦੁਫੈਰ ਮਾਰਿਆ। ਚਾਰ ਘਰ ਦੇ ਦੋ ਦੀਆਂ ਧੀਆਂ, ਇੱਕ ਆਪੀ ਅਤੇ ਉਹਦੀ ਬੀਵੀ ਕਤਲ ਹੋ ਗਏ ਉਸੇ ਥੈਹ 'ਤੇ, ਉਸੇ ਜਗ੍ਹਾ 'ਤੇ, ਅਤੇ ਨਾਲ ਹਮਸਾਈ ਸੀ ਮਾਈ, ਤਾਂ ਉਹਨੇ ਆ ਕੇ ਕਿਹਾ ਵੀ ਜ਼ਾਲਮਾ ਕਿਉਂ ਮਾਰਿਆ ਇਹਨਾਂ ਨੂੰ। ਉਸ ਬਗੈਰਤ ਇਨਸਾਨ ਨੇ, ਜ਼ਲੀਲ ਇਨਸਾਨ ਨੇ ਉਸ ਮਾਈ ਨੂੰ ਵੀ ਫੈਰ ਮਾਰਿਆ ਅਤੇ ਉਹਨੂੰ ਵੀ ਕਤਲ ਕਰ ਛੱਡਿਆ। ਕਿੱਡੀ ਵੱਡੀ ਲੜਾਈ ਹੋਈ ਅਤੇ ਕਿੱਡਾ ਵੱਡਾ ਨੁਕਸਾਨ ਹੋਇਆ, ਅਤੇ ਜਗ੍ਹਾ ਕਿੰਨੀ ਕੁ। ਚਲੋ ਤੁਸੀਂ ਸਾਰੇ ਬੈਠੇ ਹੋ, ਮੈਨੂੰ ਇਮਾਨਦਾਰੀ ਨਾਲ ਦੱਸੋ, ਜਿਸ ਬੰਦੇ ਨੇ ਪੰਜ ਬੰਦੇ ਕਤਲ ਕੀਤੇ ਨੇ, ਜਗ੍ਹਾ ਉਹਨੂੰ ਮਿਲ ਗਈ? ਬੋਲੋ ਜੀ, ਜਗ੍ਹਾ ਉਹਨੂੰ ਮਿਲ ਗਈ ਹੈ? ਜਗ੍ਹਾ ਵੀ ਨਹੀਂ ਮਿਲੀ, ਕਾਤਲ ਵੀ ਬਣ ਗਿਆ, ਮੁਜਰਮ ਵੀ ਬਣ ਗਿਆ, ਅਤੇ ਜਗ੍ਹਾ ਵੀ ਉੱਥੇ। ਹੁਣ ਜਿਹੜੇ ਉਹਨੇ ਪੰਜ ਬੰਦੇ ਕਤਲ ਕੀਤੇ ਨੇ, ਸਾਰੀ ਜ਼ਿੰਦਗੀ ਇਹਨੇ ਜੇਲ੍ਹ ਵਿੱਚ ਸੜਨਾ? ਅਤੇ ਇਹ ਇੰਝ ਹੋਣਾ ਚਾਹੀਦਾ ਸੀ ਕਿ ਨਾਲ ਹੀ ਮੁਕੱਦਮਾ ਚਲਾ ਕੇ ਉਸ ਬੰਦੇ ਨੂੰ ਪਸਰੂਰ ਦੇ ਚੌਂਕ ਵਿੱਚ ਲਿਆ ਕੇ ਫਾਂਸੀ ਦਿੱਤੀ ਜਾਂਦੀ ਕਿ ਇਹ ਉਹ ਜ਼ਾਲਮ ਬੰਦਾ, ਇਹ ਉਹ ਬੇਗੈਰਤ ਬੰਦਾ ਕਿ ਜਿਹਨੇ ਇੱਕ ਫੁੱਟ ਉਹਦੀ ਜਗ੍ਹਾ ਸੀ, ਇਹਦੀ ਨਹੀਂ ਸੀ, ਉਹਦੀ ਜਗ੍ਹਾ ਸੀ ਜਿਹਨੂੰ ਕਤਲ ਕੀਤਾ ਗਿਆ। ਇਹਨੇ ਪੰਜ ਬੰਦੇ ਕਤਲ ਕੀਤੇ ਨੇ, ਇਹਨੂੰ ਸਰੇਆਮ ਚੌਂਕ ਦੇ ਅੰਦਰ ਫਾਂਸੀ ਦਿਓ, ਪੂਰੇ ਇਲਾਕੇ 'ਚ ਕਿਸੇ ਦੀ ਜ਼ੁਰਤ ਨਾ ਹੋਵੇ ਅੱਗੋਂ ਕੋ ਆਇਆ ਕਿਸੇ ਨੂੰ ਹੱਥ ਪਾਵੇ, ਕਿਸੇ ਨੂੰ ਕਤਲ ਕਰ ਸਕੇ। ਅਤੇ ਜੇ ਪੈਸਾ ਦੇ ਕੇ ਫਿਰ ਅਗਲੇ ਦਿਨ ਬਾਹਰ ਆ ਜਾਣਾ, ਉਹਨਾਂ ਮਜ਼ਲੂਮਾਂ ਦਾ ਕੀ ਬਣਿਆ, ਉਹਨਾਂ ਘਰ ਵਾਲਿਆਂ ਦਾ ਕੀ ਬਣਿਆ? ਦੱਸੋ ਨਾ, ਛੋਟੀ ਜਿਹੀ ਲੜਾਈ ਹੈ, ਭਰਾ ਭਰਾਵਾਂ ਦੇ ਗਿਰੇ ਬਾਣਾਂ ਤੋਂ ਪੈ ਗਏ ਨੇ, ਸੱਕੇ ਭਰਾ ਇੱਕ ਦੂਜੇ ਨਾਲ ਨਫ਼ਰਤਾਂ ਲੈ ਕੇ ਬੈਠੇ ਹੋਏ ਨੇ, ਜਗ੍ਹਾ ਪਿੱਛੇ, ਜ਼ਮੀਨ ਪਿੱਛੇ, ਪੈਲੀ ਪਿੱਛੇ, ਬੰਨੇ ਪਿੱਛੇ, ਅਤੇ ਰਹਿ ਜਗ੍ਹਾ ਵੀ ਇੱਥੇ ਗਈ, ਹੁਣ ਆਪੀ ਵੀ ਜ਼ਲੀਲ ਹੋ ਗਿਆ ਸਾਰੀ ਜ਼ਿੰਦਗੀ, ਅਤੇ ਪਿੱਛੋਂ ਖਾਨਦਾਨ ਵੀ ਜ਼ਲੀਲ। ਉਹਨਾਂ ਛੱਡਣਾ ਤਾਂ ਨਹੀਂ, ਜਿਹੜਾ ਪਿੱਛੇ ਖਾਨਦਾਨ ਨੇ, ਜਿਹੜੀ ਉਹਦੀ ਔਲਾਦ ਹੈ, ਉਹਦੀ ਬੀਵੀ ਹੈ, ਉਹ ਵੀ ਛੱਡਣਗੇ, ਉਹਨਾਂ ਵੀ ਜ਼ਲੀਲ ਹੋਣਾ। ਇਸ ਜ਼ਾਲਮ ਨੇ ਏਡਾ ਵੱਡਾ ਜੁਰਮ ਕੀਤਾ, ਏਡਾ ਵੱਡਾ ਇਹਦਾ ਕਸੂਰ ਹੈ ਕਿ ਇਹਨੂੰ ਬਾਰ ਬਾਰ ਫਾਂਸੀ ਦਿੱਤੀ ਜਾਵੇ ਅਤੇ ਫਿਰ ਵੀ ਇਹਦਾ ਕਸੂਰ ਮਾਫ਼ੀ ਵਾਲਾ, ਇਹਦਾ ਜੁਰਮ ਮਾਫ਼ੀ ਦੇ ਕਾਬਿਲ ਨਹੀਂ ਹੋ ਸਕਦਾ ਕਿ ਤੂੰ ਪੰਜਾਂ ਬੰਦਿਆਂ ਦੀ ਜਾਨ ਲਈ ਹੈ। ਨਬੀ ਪਾਕ ਨੇ ਫਰਮਾਇਆ, ਇੱਕ ਬੰਦੇ ਦੀ ਕਤਲ ਕਰਨਾ, ਇੱਕ ਇਨਸਾਨ ਦਾ ਕਤਲ, ਪੂਰੀ ਇਨਸਾਨੀਅਤ ਦਾ ਕਤਲ ਕਰਨਾ। ਅਤੇ ਜਿਸ ਬੰਦੇ ਇੰਨੇ ਕਤਲ ਕੀਤੇ ਨੇ, ਅਤੇ ਫਿਰ ਵੀ ਹੁਣ ਉਹਨਾਂ ਨੂੰ ਇਨਸਾਫ਼ ਨਾ ਦਿੱਤਾ ਜਾਏ ਜਿਹਨਾਂ ਦੇ ਕਤਲ ਹੋਏ ਨੇ, ਅਤੇ ਜਗ੍ਹਾ ਉੱਥੇ ਹੀ ਜੇ, ਅਤੇ ਬੰਦੇ ਮਰ ਗਏ, ਜਗ੍ਹਾ ਉੱਥੇ ਹੀ ਹੈ, ਉਹ ਜਿਹੜੇ ਬੰਦੇ ਨੇ ਜਗ੍ਹਾ ਵਾਸਤੇ ਕਤਲ ਕੀਤਾ ਆਪੀ ਜੇਲ੍ਹ ਵਿੱਚ, ਹੁਣ ਜ਼ਿੰਦਗੀ ਪੂਰੀ ਸਾੜ, ਇੱਥੇ ਜ਼ਿੰਦਗੀ ਪੂਰੀ ਮਰ, ਅਤੇ ਤੇਰਾ ਖਾਨਦਾਨ ਵੀ ਪਿੱਛੋਂ ਜ਼ਲੀਲ, ਤੇਰਾ ਖਾਨਦਾਨ ਵੀ ਰਸਵਾ। ਇੱਕ ਘੜੀ ਦਾ ਗਲਤ ਫੈਸਲਾ, ਇੱਕ ਘੜੀ ਦਾ ਗੁੱਸੇ ਦਾ ਫੈਸਲਾ, ਸਾਰੀ ਜ਼ਿੰਦਗੀ ਬੰਦੇ ਦਾ ਪਛਤਾਵਾ ਬਣ ਜਾਂਦਾ, ਸਾਰੀ ਜ਼ਿੰਦਗੀ। ਉਹ ਲੜਾਈ ਦਾ ਹੋਵੇ, ਉਹ ਕਿਸੇ ਕੰਮ ਦਾ ਹੋਵੇ, ਝਗੜੇ ਦਾ ਹੋਵੇ, ਕਤਲ ਦਾ ਹੋਵੇ, ਉਹਨੇ ਗੁੱਸੇ 'ਚ ਕਤਲ ਤਾਂ ਕਰ ਛੱਡਿਆ ਜੀ, ਮੈਨੂੰ ਗੁੱਸਾ ਚੜਿਆ ਸੀ, ਹੁਣ ਤੇਰਾ ਗੁੱਸਾ ਅਗਲੇ ਕੱਢ ਲੈਂਦੇ ਨੇ ਨਾ, ਜਦੋਂ ਫਾਂਸੀ ਦਿੱਤੀ ਜਾਏ ਤਾਂ ਤੈਨੂੰ ਪਤਾ ਲੱਗੇ ਕਿ ਤੇਰਾ ਗੁੱਸਾ ਕੀ ਚੀਜ਼ ਹੈ। ਛੋਟੀਆਂ ਛੋਟੀਆਂ ਚੀਜ਼ਾਂ ਤੂੰ, ਛੋਟੀ ਛੋਟੀ ਜਗ੍ਹਾ ਤੂੰ, ਇੱਕ ਬੰਨੇ ਤੂੰ ਲੜਾਈ ਹੋਈ, ਪੰਜ ਬੰਦੇ ਕਤਲ ਹੋ ਗਏ, ਹੁਣ ਕੀ ਕਰੀਏ? ਇੱਥੇ ਕਿਹੜਾ ਦੁੱਖ ਸੁਣਾਈਏ ਕਿ ਜ਼ਮੀਨ ਵੀ ਇੱਥੇ ਹੀ ਹੈ, ਬੰਨਾ ਵੀ ਉੱਥੇ ਹੀ ਪਿਆ, ਉਹ ਬੰਦੇ ਜਿਹਨਾਂ ਦੇ ਕਤਲ ਹੋ ਗਏ ਉਹਨਾਂ ਦਾ ਘਰ ਵੀ ਉਜੜ ਗਿਆ, ਜਿਹਨੇ ਕਤਲ ਕੀਤਾ ਉਹਦੇ ਘਰ ਵੀ, ਦੋ ਘਰ ਦੋ ਖਾਨਦਾਨ ਉਜੜ ਗਏ ਨਾ ਇੱਕ ਜ਼ਮੀਨ ਦੇ ਬੰਨੇ ਤੋਂ, ਤਾਂ ਉਹ ਜ਼ਮੀਨ ਉੱਥੇ ਹੀ ਜੇ, ਉਹ ਬੰਨਾ ਉੱਥੇ ਹੀ ਹੈ, ਇਹ ਤਬਾਹ ਬਰਬਾਦ ਹੋ ਗਏ।
ਇਸ ਵਾਸਤੇ ਜ਼ਮੀਨ ਪਿੱਛੇ ਕਦੀ ਲੜਾਈ ਨਾ ਕਰਿਓ, ਖਾਸ ਕਰਕੇ ਆਪਣੇ ਖੂਨੀ ਰਿਸ਼ਤਿਆਂ ਨਾਲ, ਚਾਚਾ ਹੋਵੇ, ਤਾਇਆ ਹੋਵੇ, ਮਾਮਾ ਹੋਵੇ, ਕੋਈ ਗੱਲ ਨਹੀਂ। ਜੇ 2 ਫੁੱਟ ਜ਼ਿਆਦਾ ਖਾ ਛੱਡਦਾ, ਲੀਲਿਆ ਤਾਂ ਕੀ ਹੋ ਗਿਆ, ਕਿਹੜੀ ਸਾਡੀ ਰੋਜ਼ੀ ਬੰਦ ਹੋ ਗਈ ਹੈ, ਸਾਡੇ ਪੈਸੇ ਘੱਟ ਗਏ ਨੇ। ਅਗਰ ਕੋਈ ਤੇਰਾ ਆਪਣਾ ਖਾ ਜਾਂਦਾ, ਕੋਈ ਥੋੜ੍ਹੀ ਜਿਹੀ ਜਗ੍ਹਾ ਵੱਧ ਲੈ ਲੈਂਦਾ, ਤਾਂ ਕੋਈ ਮਸਲਾ ਨਹੀਂ। ਉਹਦੇ ਨਾਲ ਨਫ਼ਰਤ ਕਰਨੀ ਹੈ, ਉਹਦੇ ਨਾਲ ਲੜਾਈ ਝਗੜਾ ਕਰਨਾ, ਇਹ ਮਸਲੇ ਦਾ ਹੱਲ ਨਹੀਂ। ਔਰ ਦੂਸਰੀ ਬਾਤ, ਦੂਸਰਾ ਉਹ ਰਹਾ ਮਸਲਾ,